ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੇ ਯੂਕੇ ਪੂਰੇ ਯੂਰਪ ਅਤੇ ਪੂਰੇ ਵਰਲਡ ਵਿੱਚ ਸਿੱਖ ਚੱਲ ਦੇਖ ਰਹੀਆਂ ਸਾਰੀਆਂ ਹੀ ਸੰਗਤਾਂ ਨੂੰ ਅਰਦਾਸ ਬਲਜਿੰਦਰ ਸਿੰਘ ਜੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵੇਲੇ ਜਿਸ ਤੁਸੀਂ ਬਰਮਿੰਗਮ ਦੇ ਸਟੂਡੀਓ ਵਿੱਚੋਂ ਇੱਕ ਵਿਸ਼ੇਸ਼ ਜਿਹੜਾ ਆ ਇਹ ਪ੍ਰੋਗਰਾਮ ਦੇਖਣ ਜਾ ਰਹੇ ਹੋ, ਜਿਹੜਾ ਉਚੇਚੇ ਤੌਰ 'ਤੇ ਰੱਖਿਆ ਆ ਤੁਹਾਡੀ ਪਿਆਰੀ ਆਉਣ ਵਾਲੀ ਤੁਹਾਡੀ ਆਪਣੀ ਫਿਲਮ 47 to 84 ਹੁਣ ਮੈਂ ਕਿਸ ਨੂੰ ਵਤਨ ਕਹੂੰਗਾ। ਇੰਨਾ ਪਿਆਰਾ ਨਾਮ ਜਿਸ ਦਾ ਨਾਮ ਸੁਣ ਕੇ ਹੀ ਤੁਹਾਡੀਆਂ ਅੱਖਾਂ ਦੇ ਅੱਗੇ ਇੱਕ ਪਿਕਚਰ ਜਿਹੀ ਆਪਣੇ ਆਪ ਹੀ ਬਣ ਗਈ ਹੋਏਗੀ। 47 ਕਿਉਂ ਯੂਜ਼ ਕੀਤਾ ਗਿਆ ਅਤੇ 84, ਦੋਵਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਸੰਬੰਧ, ਇਹਨਾਂ ਦੇ ਵਿੱਚ ਕੋਈ ਸਿਮਿਲੈਰਿਟੀ ਹੈ ਜੋ ਇਸ ਫਿਲਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹ ਸਾਰੀ ਫਿਲਮ ਕਿਹਨਾਂ ਨੇ ਬਣਾਈ, ਇਸ ਦੇ ਪਿੱਛੇ ਕਿਹੜੇ ਉਹ ਸੂਝਵਾਨ ਸੱਜਣ ਨੇ ਰੱਬ ਨੇ ਜਿਨ੍ਹਾਂ ਨੂੰ ਇੰਨਾ ਸੋਹਣਾ ਫੁਰਨਾ ਦਿੱਤਾ, ਉਹਨਾਂ ਨੇ ਇਸ 'ਤੇ ਕੰਮ ਕੀਤਾ। ਸੋ ਸਾਡੀ ਇੱਕ ਛੋਟੀ ਜਿਹੀ ਬੇਨਤੀ 'ਤੇ ਇੰਡੀਆ ਤੋਂ ਚੱਲ ਕੇ ਇੱਥੇ ਪਹੁੰਚੇ ਨੇ, ਸੋ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਤੁਸੀਂ ਖੁਦ ਉਹ ਸਾਰੀ ਦੁਨੀਆ ਜਾਣਦੀ ਹੈ, ਇੱਕ ਬੜਾ ਹੀ ਪਿਆਰਾ ਨਾਂ ਆ ਗੁਰਬਾਣੀ, ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਰੱਜ ਕੇ ਉਸ ਗੁਰਬਾਣੀ ਨੂੰ ਘਰ ਘਰ ਪਹੁੰਚਾਇਆ। ਉਹ ਤੁਹਾਡੀ ਆਪਣੀ ਸਤਿਕਾਰਯੋਗ ਕੰਪਨੀ ਸ਼ਿਮੈਰੂ ਕੰਪਨੀ, ਉਹਨਾਂ ਦੇ ਨੁਮਾਇੰਦੇ, ਉਹਨਾਂ ਦੇ MD ਕਹਿ ਲਓ, ਉਸ ਕੰਪਨੀ ਦੇ ਨੂੰ ਰਹਿਨੁਮਾਈ ਕਰਦੇ ਹੋਏ ਉਹਨਾਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਭਾਈ ਸਾਹਿਬ ਸਾਡੇ ਕੋਲ ਪਹੁੰਚੇ ਨੇ, ਬਬਲੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਬਲੀ ਸਿੰਘ ਜੀ, ਕਿੱਦਾਂ? ਠੀਕ ਠਾਕ ਹੋ? ਬਿਲਕੁਲ ਠੀਕ ਠਾਕ ਜੀ। ਪਹਿਲਾਂ ਇਹ ਦੱਸੋ, ਯੂਕੇ ਆ ਕੇ ਕਿੱਦਾਂ ਲੱਗਿਆ? ਯੂਕੇ ਬਹੁਤ ਅੱਛਾ ਲੱਗਿਆ, ਸਪੈਸ਼ਲੀ ਸਿੱਖ ਚੈਨਲ 'ਤੇ ਆ ਕੇ ਬਹੁਤ ਅੱਛਾ ਲੱਗਿਆ। ਤੁਹਾਡੀ ਇਸ ਸਟੂਡੀਓ ਦੇਖ ਕੇ, ਮੈਨੇਜਮੈਂਟ ਦੇਖ ਕੇ ਔਰ ਤੁਹਾਡੀ ਵਿਊਰਸ਼ਿਪ ਦੇਖ ਕੇ, ਮੈਂ 1-2 ਦਿਨ ਤੋਂ ਤੁਹਾਡਾ ਸਿੱਖ ਚੈਨਲ ਰੈਗੂਲਰ TV 'ਤੇ ਦੇਖ ਰਿਹਾ। ਬਹੁਤ ਸੋਹਣੇ ਸੋਹਣੇ ਪ੍ਰੋਗਰਾਮ ਤੁਸੀਂ ਕਰ ਰਹੇ ਹੋ। ਇਹ ਜੀ, ਅਸੀਂ ਇੱਕ ਕੋਸ਼ਿਸ਼ ਕੀਤੀ ਸੀ ਜੀ 2009 ਦੇ ਵਿੱਚ, ਇੱਕ ਛੋਟਾ ਜਿਹਾ ਫੁਰਨਾ ਮਨ ਦੇ ਵਿੱਚ ਆਇਆ ਸਰਦਾਰ ਦਵਿੰਦਰ ਸਿੰਘ ਬਲ ਜੀ ਦੇ ਬ੍ਰਿੰਗਿੰਗ ਮਿਲੀਅਨਸ ਆਫ ਸਿੱਖ ਟੂਗੈਦਰ। ਦੁਨੀਆ ਦੇ ਜਿਸ ਕਿਸ ਕੋਨੇ ਵਿੱਚ ਵੀ ਸਿੱਖ ਭਾਈਚਾਰਾ ਸਾਡਾ ਵੱਸਦਾ, ਜਾਂ ਜਿਹੜਾ ਵੀ ਕੋਈ ਸਾਡਾ ਸਿੱਖ ਵੀਰ ਭਰਾ ਸਿੱਖੀ ਦੇ ਲਈ ਕੋਈ ਕੰਮ ਕਰਦਾ, ਸਿੱਖ ਚੈਨਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਸਾਥ ਦਿੰਦਾ। ਸਭ ਤੋਂ ਪਹਿਲਾਂ ਤਾਂ ਮੈਂ ਸੰਗਤਾਂ ਨੂੰ ਦੱਸ ਦਿੰਦਾ ਕਿ ਬਬਲੀ ਸਿੰਘ ਜੀ ਨੂੰ ਫੋਨ 'ਤੇ ਮੈਂ ਬੜੀ ਵਾਰੀ ਗੱਲ ਕੀਤੀ, ਜਦੋਂ ਕਿ ਮੇਰੇ ਹਜੇ ਦਾੜੀ ਮੁੱਛ ਵੀ ਨਹੀਂ ਹਜੇ ਆਏ ਸੀ। ਮੈਂ ਇੰਡੀਆ ਇਹਨਾਂ ਦੀਆਂ ਗੈਸਟਾਂ ਲੈ ਕੇ ਸੁਣਦੇ ਹੁੰਦੇ ਸੀ ਗੁਰਬਾਣੀ, ਪਰ ਮੈਂ ਕਈ ਸੋਚ ਰੱਖੀ ਸੀ ਵੀ ਜ਼ਰੂਰ ਮਿਲਾਂਗੇ, ਅਤੇ ਸਾਨੂੰ ਕਈ ਸੱਜਣ ਦੱਸਦੇ ਸੀ ਵੀ ਉਹਨਾਂ ਦਾ ਪਹਿਰਾਵਾ ਬੜਾ ਖੂਬਸੂਰਤ ਹੁੰਦਾ, ਤੁਸੀਂ ਦੇਖ ਸਕਦੇ ਹੋ ਖੂਬਸੂਰਤ ਪਹਿਰਾਵੇ ਦੇ ਨਾਲ ਇੰਨੀ ਸੋਹਣੀ ਜਿਹੜੀ ਦਿੱਖ ਇਹਨਾਂ ਦੀ, ਅਤੇ ਇਸ ਦਿੱਖ ਦੇ ਅੰਦਰ ਜਿਹੜੀ ਸੋਚ ਹੈ ਉਹ ਤੁਹਾਡੇ ਨਾਲ ਅਸੀਂ ਇਹਨਾਂ ਦੀ ਸਾਂਝੀ ਕਰਨ ਜਾ ਰਹੇ ਹਾਂ। ਉਹ ਫਿਲਮ ਹੈ 47 to 84, ਹੁਣ ਮੈਂ ਕਿਸ ਨੂੰ ਵਤਨ ਕਹੂੰਗਾ। ਸੋ ਭਾਈ ਸਾਹਿਬ ਜੀ, ਜਿਹੜਾ ਨਾਮ ਹੈ ਆਪਣੇ ਆਪ ਵਿੱਚ ਫਿਲਮ ਦਾ 47 to 84, ਇਹਦੇ ਪਿੱਛੇ ਕੋਈ ਕਹਿ ਲਓ ਕਈ ਵਾਰ ਹੁੰਦੀ ਹੈ ਹੱਡ ਬੀਤੀ ਕਹਾਣੀ ਹੁੰਦੀ ਹੈ, ਕਿ ਜਾਂ ਕਿਸੇ ਨੇ ਨਾਵਲ ਜਾਂ ਕਿਸੇ ਨੇ ਕੋਈ ਇੰਸਪੀਰੇਸ਼ਨ ਹੋ ਕੇ ਕੋਈ ਕਿਤਾਬ ਲਿਖੀ ਹੁੰਦੀ ਹੈ, ਇਹ ਆਈਡੀਆ ਆਇਆ? ਦੇਖ ਰਹੇ ਇਸ ਵੇਲੇ ਸਿੱਖ ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹਾਂ। ਅਤੇ ਬਾਕੀ 47 to 84, ਹੁਣ ਮੈਂ ਕਿਸ ਨੂੰ ਵਤਨ ਕਹੂੰਗਾ, ਇਹ ਕੋਈ ਨਾਵਲ ਨਹੀਂ ਹੈ। ਇਹ ਜਿਹੜਾ ਫੁਰਨਾ ਜਿਹੜਾ ਦਿਮਾਗ 'ਚ ਆਇਆ ਹੈ, ਇਹ ਕੋਈ ਇਸ ਤਰ੍ਹਾਂ ਹੀ ਨਹੀਂ ਆਇਆ, ਇੱਕ ਦਿਨ ਦਾ ਨਹੀਂ ਹੈ, ਇਹ ਕਈ ਵਰਿਆਂ ਦਾ ਹੈਗਾ। 47 ਸਾਡੇ ਬਜ਼ੁਰਗ, ਸਾਡੇ ਫਾਦਰ ਸਾਹਿਬ ਹੋਰ ਜਿਹੜੇ ਚਾਚਾ ਤਾਏ ਸੀਗੇ, ਉਹ ਸਾਨੂੰ ਕਹਾਣੀਆਂ ਸੁਣਾਇਆ ਕਰਦੇ ਸੀਗੇ ਕਿ ਸਾਡੇ ਕੋਲ ਕਿੰਨਾ ਕਾਰੋਬਾਰ ਸੀਗਾ ਉਸ ਹਿੰਦੁਸਤਾਨ ਦੇ ਅੰਦਰ। ਜਦੋਂ ਅਸੀਂ ਵੰਡ ਹੋਈ, ਨਵੇਂ ਹਿੰਦੁਸਤਾਨ 'ਚ ਆ ਗਏ, ਅਤੇ ਸਭ ਕੁਝ ਉੱਥੇ ਹੀ ਰਹਿ ਗਿਆ, ਅਤੇ ਕਿਸ ਤਰ੍ਹਾਂ ਅਸੀਂ ਆਪਣੀ ਜਾਨਾਂ ਬਚਾ ਕੇ ਆਏ ਸੀਗੇ। ਤਾਂ ਮੇਰੀ ਉਮਰ ਉਸ ਵੇਲੇ ਸ਼ਾਇਦ 10-12 ਸਾਲ ਦੀ ਸੀ, ਸੁਣਿਆ ਕਰਦੇ ਸੀ ਉਹਨਾਂ ਕੋਲੋਂ, ਬੜੀ ਧਿਆਨ ਨਾਲ ਸੁਣਦੇ ਸੀਗੇ, ਅਤੇ ਅਸੀਂ ਦੇਖਦੇ ਸੀ ਫਾਦਰ ਸਾਹਿਬ ਨੂੰ ਕਿ ਕਿਸ ਤਰ੍ਹਾਂ ਉਹਨਾਂ ਨੇ ਮਿਹਨਤਾਂ ਕੀਤੀਆਂ ਔਰ ਕਿੰਨੀ ਮਿਹਨਤ ਨਾਲ ਸਾਨੂੰ ਪੜ੍ਹਾਇਆ। ਮੇਰੇ ਤੋਂ ਤਾਂ ਬਹੁਤ ਵੱਡੇ ਭਰਾ ਭੈਣ ਕਈ ਦਿਖਦੋ ਤਾਂ ਪੜ੍ਹ ਵੀ ਨਹੀਂ ਸਕੇ ਕਿਉਂਕਿ ਪੈਸੇ ਨਹੀਂ ਹੁੰਦੇ ਸੀਗੇ। ਅਤੇ ਉਹ ਜਦੋਂ ਇੰਨਾ ਮਿਹਨਤਾਂ ਨਾਲ ਉਹਨਾਂ ਨੇ ਸਾਨੂੰ ਪੜ੍ਹਾਇਆ ਲਿਖਾਇਆ, ਅਸੀਂ ਵੱਡੇ ਹੋਏ, ਫਿਰ ਅਸੀਂ ਵੀ ਬਿਜ਼ਨਸ ਸਟਾਰਟ ਕੀਤਾ, ਅਤੇ ਖੁਸ਼ਹਾਲ ਫੈਮਿਲੀ ਅੱਛਾ ਖਾਸਾ ਕਮਾ ਲਿਆ, ਅਤੇ ਸਡਨਲੀ 84 ਸਿਰ 'ਤੇ ਆ ਗਿਆ। ਅਤੇ ਜਿੱਦਾਂ ਹੀ 84 ਆਇਆ, ਤਾਂ ਘਰ ਬੈਠੇ ਸਿੱਖਾਂ ਨੂੰ ਮਾਰਿਆ ਗਿਆ, ਸੜਕਾਂ 'ਤੇ ਮਾਰਿਆ ਗਿਆ, ਟਾਇਰ ਪਾ ਪਾ ਕੇ ਉਹਨਾਂ ਨੂੰ ਅੱਗ ਨਾਲ ਬਾਲ ਦਿੱਤਾ ਗਿਆ। ਅਤੇ ਬਸ ਉਹ ਦਿਮਾਗ ਦੇ ਅੰਦਰ 47, ਸਾਡੇ ਦਿਮਾਗ 'ਚ ਤਾਂ ਨਹੀਂ, ਫਾਦਰ ਸਾਹਿਬ ਦਿਮਾਗ 'ਚ ਆਇਆ 47 ਔਰ 84 ਦੇ ਫਰਕ ਕੀ ਹੈ, ਉੱਥੇ ਵੀ ਇੱਦਾਂ ਹੋਇਆ ਸੀਗਾ, ਇੱਥੇ ਵੀ ਇੱਦਾਂ ਹੋਇਆ। ਬਿਲਕੁਲ ਜੀ, ਮਤਲਬ ਦੋਨੋਂ ਹੀ ਘਟਨਾਵਾਂ, ਦੋਨੋਂ ਹੀ ਵਿੱਚ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ, ਸਿੱਖਾਂ ਦਾ ਹੀ ਨੁਕਸਾਨ ਹੋਇਆ। ਅਤੇ ਬਟ ਇਹ ਹੈ ਕਿ ਹਾਂ, 47 ਇੱਕ ਕਮਿਊਨਲ ਰਾਈਟ ਸੀਗੇ ਕਿਉਂਕਿ ਵੰਡ ਹੋਈ ਸੀ, ਪੋਲੀਟੀਸ਼ੀਅਨਾਂ ਦਾ ਕੰਮ ਸੀਗਾ ਉਹ ਵਾਲਾ, ਅਤੇ ਜਦਕਿ ਨਹੀਂ ਹੋਣਾ ਚਾਹੀਦਾ ਸੀ ਉਹ।
ਤੇ ਉਹ ਹੋਇਆ ਤੇ ਜਿਹੜਾ ਇਹ 84 ਸੀਗਾ ਇਹ ਸਿੱਧਾ ਸਿੱਧਾ ਜੈਨੋਸਾਈਡ ਸੀਗਾ ਨਸਲਕੁਸ਼ੀ ਬਿਲਕੁਲ ਜੀ ਕਿਉਂਕਿ ਕੋਈ ਮਤਲਬ ਹੀ ਨਹੀਂ ਸੀ ਇੱਦਾਂ ਦਾ ਕਿ ਚਲੋ ਠੀਕ ਹੈ ਪ੍ਰਧਾਨ ਮੰਤਰੀ ਨੂੰ ਇੱਕ ਨੇ ਮਾਰਿਆ ਹੈ ਅਤੇ ਉਹਨੂੰ ਵੀ ਸਜ਼ਾ ਉਹਨਾਂ ਨੇ ਦਿੱਤੀ ਹੈ ਪਰ ਬਾਕੀ ਸਿੱਖਾਂ ਦਾ ਕੀ ਕਸੂਰ ਹੈ ਬਾਕੀ ਸਿੱਖਾਂ ਦਾ ਤਾਂ ਕੋਈ ਕਸੂਰ ਨਹੀਂ ਹੈ ਨਾ ਅਤੇ ਜਿਹਨਾਂ ਨੂੰ ਤੁਸੀਂ ਸਾਰੇ ਆਮ ਮਾਰਨਾ ਸ਼ੁਰੂ ਕਰ ਦਿੱਤਾ ਇਹ ਵੀ ਪੋਲੀਟੀਸ਼ਨਾਂ ਦਾ ਕੰਮ ਸੀਗਾ ਮਤਲਬ ਉਦੋਂ ਤਾਂ ਇਹ ਹਾਲ ਹੋ ਗਿਆ ਸੀਗਾ ਕਿ ਇੱਕ ਵੀ ਸਿੱਖ ਨਾ ਛੱਡਿਆ ਜਾਏ ਈਵਨ ਇਲੈਕਸ਼ਨ ਦੇ ਲਿਸਟਾਂ 'ਚੋਂ ਉਹਨਾਂ ਦੇ ਘਰ ਐਡਰੈਸ ਨਾਮ ਲੈ ਕੇ ਇੰਨੇ ਉਹਨਾਂ ਕੋਲ ਗੁੰਡਿਆਂ ਦੀ ਕਮੀ ਹੋ ਗਈ ਸੀ ਕਿ ਬਾਹਰ ਦੇ ਸਟੇਟਾਂ ਤੋਂ ਗੁੰਡੇ ਮੰਗਾਏ ਗਏ ਸੀਗੇ ਹਿਸਟਰੀ ਦੱਸੀ ਆ ਆਪਣੇ ਪਰਿਵਾਰਕ ਮਾਹੌਲ ਨੂੰ ਜਿਸ ਤੋਂ ਤੁਸੀਂ ਇੰਸਪਾਇਰ ਹੋ ਕੇ ਇਸ ਫਿਲਮ ਨੂੰ ਤੁਸੀਂ ਬਣਾਇਆ ਸੋ ਜੇ ਅਸੀਂ ਗੱਲ ਕਰਦੇ ਹਾਂ ਤੁਹਾਡੇ ਇਸ ਫਿਲਮ ਨੂੰ ਲੈ ਕੇ ਸੋ ਫਿਲਮ ਬਣਾਉਣ ਲੱਗਿਆਂ ਕਿੱਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਬਹੁਤ ਆਈਆਂ ਕਿਉਂਕਿ ਫਿਲਮ ਹੀ ਬਹੁਤ ਸੈਂਸਿਟਿਵ ਸੀਗੀ ਇਹਨੂੰ ਮੈਂ ਨਹੀਂ ਚਾਹੁੰਦਾ ਸੀ ਕਿਸੇ ਸਟੂਡੀਓ ਦੇ ਅੰਦਰ ਜਾ ਕੇ ਕੋਈ ਸੈੱਟ ਲਗਾ ਕੇ ਕਰੀਏ ਮੈਂ ਲਾਈਵ ਕਰਨਾ ਚਾਹੁੰਦਾ ਸੀਗਾ ਉਹਨਾਂ ਗਲੀਆਂ ਦੇ ਅੰਦਰ ਹੀ ਕਰਨਾ ਚਾਹੁੰਦਾ ਸੀ ਜਿੱਥੇ ਭਾਣਾ ਵਰਤਿਆ ਸੀਗਾ ਅੱਛਾ ਜੀ ਅਤੇ ਪਰ ਸਾਨੂੰ ਕਈ ਵਾਰੀ ਪੁਲਿਸ ਨੇ ਪਰੇਸ਼ਾਨ ਵੀ ਕੀਤਾ ਔਰ ਕਈ ਵਾਰੀ ਪੁਲਿਸ ਵਾਲਿਆਂ ਨੇ ਹੀ ਹੈਲਪ ਵੀ ਕੀਤੀ ਅੱਛਾ ਜੀ ਕਰਨ ਵੀ ਦਿੱਤਾ ਉਹਦੇ ਅੰਦਰ ਇੱਦਾਂ ਹੁੰਦਾ ਸੀਗਾ ਕਿ ਕੁਛ ਐਸੇ ਲੋਕ ਸੀਗੇ ਜਿਹੜੇ ਇਸ ਚੀਜ਼ ਨੂੰ ਨਹੀਂ ਕਰਨ ਦੇਣਾ ਚਾਹੁੰਦੇ ਸੀਗੇ ਕੋਈ ਉਹ ਲੋਕ ਵੀ ਸੀਗੇ ਜਿਹੜੇ ਪੋਲੀਟੀਸ਼ੀਅਨ ਵੀ ਸੀਗੇ ਉਹ ਪੁਲਿਸ ਨੂੰ ਕਹਿ ਦਿੰਦੇ ਸੀਗੇ ਔਰ ਕਈ ਐਸੇ ਲੋਕ ਵੀ ਸੀਗੇ ਜਿਹੜੇ ਕਹਿੰਦੇ ਸੀ ਜ਼ਰੂਰ ਕਰੋ ਉਹਨਾਂ 'ਚ ਕੁਛ ਪੁਲਿਸ ਵਾਲੇ ਵੀ ਸੀਗੇ ਜਿਨ੍ਹਾਂ ਨੇ ਹੈਲਪ ਕਰਨੀ ਸ਼ੁਰੂ ਕਰਤੀ ਪਰ ਮੁਸ਼ਕਲਾਂ ਜ਼ਿਆਦਾ ਆਈਆਂ ਸਾਨੂੰ ਇਹਦੇ ਅੰਦਰ ਕਿਉਂਕਿ ਕਾਰ ਜੀ ਤੁਸੀਂ ਐਡਾ ਵੱਡਾ ਛੇੜਿਆ ਸੀ ਸੋ ਜੇ ਅਸੀਂ ਗੱਲ ਕਰਦੇ ਹਾਂ ਵੀ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਫਿਲਮ ਬਣਾਉਣ ਦਾ ਕੋਨਸੈਪਟ ਆਇਆ ਸੋ ਇਹ ਫਿਲਮ ਦੀ ਸਟੋਰੀ ਤੁਸੀਂ ਖੁਦ ਲਿਖੀ ਹੈ ਜਾਂ ਕਿਸੇ ਤੋਂ ਲਿਖਵਾਈ ਹੈ ਮੈਂ ਬਲਜਿੰਦਰ ਸਿੰਘ ਤੁਹਾਨੂੰ ਪਹਿਲੇ ਉਹੀ ਗੱਲ ਕਰ ਰਿਹਾ ਸੀਗਾ ਕਿ ਜਦੋਂ 47 ਔਰ 84 ਦਾ 47 ਬਜ਼ੁਰਗਾਂ ਦਾ 84 ਮੇਰਾ ਆਪ ਦੇਖਿਆ ਮੈਂ ਆਪਣੀ ਅੱਖੀ ਦੇਖਿਆ ਔਰ ਉਸ ਵੇਲੇ ਮੈਂ ਆਪ ਵਿਕਟਿਮ ਹੈਗਾ ਮੇਰਾ ਸਾਰਾ ਬਿਜ਼ਨਸ ਖਤਮ ਹੋ ਗਿਆ ਸੀਗਾ ਅੱਗ ਲੱਗ ਗਈ ਸੀਗੀ ਵੀਡੀਓ ਕੈਸਟ ਦੀ ਲਾਇਬ੍ਰੇਰੀ ਬੜੀ ਬਿਗੈਸਟ ਲਾਇਬ੍ਰੇਰੀ ਹੁੰਦੀ ਸੀ ਉਸ ਜ਼ਮਾਨੇ ਦੇ ਅੰਦਰ ਅੱਛਾ ਜੀ ਅਤੇ ਉਹ ਖਤਮ ਹੋ ਗਿਆ ਮੇਰੀ ਮਤਲਬ ਐਡੀ ਲਾਇਬ੍ਰੇਰੀ ਜਿਹੜੀ ਮੈਂ ਕਈ 4-5 ਸਾਲਾਂ ਦੇ ਅੰਦਰ ਬਣਾਈ ਸੀ ਕਿੱਥੋਂ ਕਿੱਥੋਂ VCR ਦੀਆਂ ਕੈਸਟਾਂ ਹੁੰਦੀਆਂ ਸੀ ਮੰਗਾ ਕੇ ਫੋਰਨ ਤੋਂ ਅਮਰੀਕਾ ਤੋਂ ਹਾਂਗਕਾਂਗ ਦੁਬਈ ਕਿਹੜੀ ਜਗ੍ਹਾ ਤੋਂ ਮੰਗਾਉਂਦੇ ਸੀ ਅਸੀਂ ਕੰਪਨੀ ਹੈ ਕਿ ਕਾਹਦੀ ਸੀ ਤੁਹਾਡੀ ਉਸ ਟਾਈਮ ਮੇਰੀ ਕੰਪਨੀ ਵੀਡੀਓ ਕੈਸੇਟ VCR ਦੇ ਅੰਦਰ ਵੱਡੀ ਕੈਸੇਟ ਲੱਗਦੀ ਸੀ ਨਾ ਹਾਂਜੀ ਹਾਂਜੀ ਸ਼ਾਇਦ ਤੁਸੀਂ ਤਾਂ ਉਸਲੇ ਬਹੁਤ ਛੋਟੇ ਹੋਵੋਗੇ ਪਰ ਦੇਖੀਆਂ ਜੀ ਫਿਰ ਵੀ ਅਸੀਂ ਜਦੋਂ ਅਸੀਂ ਹੋਰ ਸੰਭਾਲੀ ਹੈ ਉਹ ਮੈਂ ਲਾਇਬ੍ਰੇਰੀ ਸੀਗੀ ਰੈਂਟਿੰਗ 'ਤੇ ਕਰਦੇ ਸੀਗੇ ਨਵਾਂ ਨਵਾਂ VCR ਆਇਆ ਸੀਗਾ ਵੀਡੀਓ ਕੈਸੇਟ ਰਿਕਾਰਡਰ ਉਹ 80s ਦੇ ਅੰਦਰ ਆਇਆ ਸੀ ਅਤੇ 82 ਦੇ ਲੋਕਾਂ ਨੂੰ ਕੈਸਟਾਂ ਨਹੀਂ ਮਿਲਦੀਆਂ ਸੀਗੀਆਂ ਅਤੇ ਅਸੀਂ ਉਹ ਕੈਸਟਾਂ ਦੁਬਈ ਹਾਂਗਕਾਂਗ ਅਮੈਰੀਕਾ ਲੰਡਨ ਜਿੱਥੋਂ ਮਿਲਦੀਆਂ ਸੀਗੀਆਂ ਅਸੀਂ ਉਹ ਮੰਗਾਉਂਦੇ ਸੀਗੇ ਅਤੇ ਮੇਰੇ ਕੋਲ ਰੈਂਟ ਕਰਦੇ ਸੀ ਉਹ ਰੈਂਟ ਕਰਦੇ ਸੀਗੇ ਔਰ ਬਹੁਤ ਹੀ ਅੱਛਾ ਬਿਜ਼ਨਸ ਸੀ ਮੇਰਾ ਪਲੱਸ ਇੱਕ ਗਾਰਮੈਂਟ ਦਾ ਬਿਜ਼ਨਸ ਵੀ ਸੀਗਾ ਜਿਹੜਾ ਫੈਮਿਲੀ ਬਿਜ਼ਨਸ ਸੀਗਾ ਅਤੇ ਉਹ ਦੋਨੋਂ ਹੀ ਸ਼ੋਪ ਸਾਡੀਆਂ ਅੱਗ ਲਗਾਤੀ ਗਈ ਉਸ ਵੇਲੇ ਔਰ ਮੈਂ ਬਾਲ ਬੱਚਿਆ ਸੀਗਾ ਕਿਸੇ ਇੱਕ ਹਿੰਦੂ ਡਾਕਟਰ ਨੇ ਮੈਨੂੰ ਬਚਾਇਆ ਸੀਗਾ ਮੇਰੇ ਗਲੇ 'ਚ ਵੀ ਉਹ ਸਾਈਕਲ ਦਾ ਟਾਇਰ ਜਿਹਾ ਪਾਤਾ ਸੀ ਉਹਨਾਂ ਨੇ ਬਸ ਕਰਨ ਲੱਗੇ ਸੀਗੇ ਅਤੇ ਕਿਸੇ ਤਰੀਕੇ ਮੈਨੂੰ ਕੋਈ ਖਿੱਚ ਕੇ ਲੈ ਗਿਆ ਮੈਨੂੰ ਨਹੀਂ ਪਤਾ ਉਹ ਰੱਬ ਦਾ ਰੂਪ ਕਿੱਥੋਂ ਆਇਆ ਕਿੱਦਾਂ ਆਇਆ ਫਿਰ ਮੈਂ ਉਹਦੇ ਘਰ ਰਿਹਾ 3 ਦਿਨ ਅੱਛਾ ਜੀ 3-4 ਦਿਨ ਮੈਂ ਉਹਦੇ ਘਰ ਹੀ ਰਿਹਾ ਠੀਕ ਹੈ ਜੀ ਅਤੇ ਉਹ ਧੀਰੇ ਧੀਰੇ ਫਿਰ ਦੁਬਾਰਾ ਤੋਂ 85 'ਚ ਸ਼ੁਰੂ ਕੀਤਾ ਬਿਜ਼ਨਸ ਜ਼ੀਰੋ ਤੋਂ ਕੀਤਾ ਪਰ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਕਿ 10-15 ਸਾਲਾਂ ਦੇ ਅੰਦਰ ਫਿਰ ਖੜ੍ਹੇ ਹੋ ਗਏ ਅਤੇ ਪਰ ਉਹ ਜਿਹੜਾ ਜ਼ਖਮ ਸੀ ਨਾ ਉਹ ਜਾਂਦਾ ਨਹੀਂ ਸੀ ਉਹ ਇਹ ਵੀ ਗੱਲ ਸੀਗੀ ਕਿ ਲੋਕ ਕਹਿੰਦੇ ਸੀ ਭੁੱਲ ਜਾਓ ਜਦ ਜਿੰਨੀ ਵਾਰੀ ਲੋਕ ਕਹਿੰਦੇ ਸੀ ਭੁੱਲ ਜਾਓ ਸਾਨੂੰ ਗੁੱਸਾ ਆਉਂਦਾ ਸੀਗਾ ਉਨੀ ਵਾਰ ਚੀਜ਼ ਜ਼ਿਆਦਾ ਸੁਲਗਦੀ ਸੀ ਸੁਲਗਦੀ ਸੀ ਵੀ ਇਹਨਾਂ ਨੂੰ ਪੁੱਛੋ ਉਹ ਮਾਵਾਂ ਭੈਣਾਂ ਧੀਆਂ ਦੀ ਆਸਮਾਨ ਪੜਦੀਆਂ ਚੀਕਾਂ ਜੋ ਅਸੀਂ ਸੁਣੀਆਂ ਹੋਈਆਂ ਉਸ ਵੇਲੇ ਸਾਡੇ ਸਾਹਮਣੇ ਜੋ ਹੋਇਆ ਕਿੱਦਾਂ ਭੁੱਲ ਜਾਈਏ ਅਗਰ ਭੁੱਲਣਾ ਤਾਂ ਤੁਸੀਂ ਅੱਜ ਤੱਕ ਜਲਿਆਂਵਾਲੇ ਬਾਗ ਨੂੰ ਭੁੱਲ ਗਿਓ ਸ਼ਹੀਦ ਊਧਮ ਸਿੰਘ ਨੂੰ ਭੁੱਲ ਗਿਓ ਸ਼ਹੀਦ ਭਗਤ ਸਿੰਘ ਨੂੰ ਭੁੱਲ ਗਿਓ ਇਹ ਕਿੱਦਾਂ ਭੁੱਲ ਜਾਈਏ ਬਿਲਕੁਲ ਜਿੰਨਾ ਸਾਡੇ ਇੰਨੇ ਭਰਾ ਜਿਹੜੇ ਸ਼ਿਕਾਰ ਹੋਏ 84 ਦੇ ਅਤੇ ਉਦੋਂ ਹੀ ਦਿਲ ਕਰਦਾ ਸੀ ਕਿ ਇਹਨਾਂ ਨੂੰ ਦਿਖਾਈਏ ਕੀ ਹੋਇਆ ਕੀ ਸੀਗਾ ਅੱਛਾ ਜੀ ਅਤੇ ਬਸ ਫਿਰ ਉਹ ਥੋੜ੍ਹਾ ਜਿਹਾ ਉਸ ਵੇਲੇ ਫਿਰ ਹਿੰਮਤ ਵੀ ਹੋਈ ਕਰਨ ਦੀ ਨਾਲ ਜਦੋਂ ਇਹ ਕੋਰਟ ਦੇ ਅੰਦਰ ਹੁੰਦਾ ਸੀਗਾ ਕਿ ਇਹ ਬਰੀ ਹੋ ਗਿਆ ਹੁਣ ਇਹ ਕੁਛ ਹੋ ਹੀ ਨਹੀਂ ਸਕਦਾ ਤਾਂ ਜੋਸ਼ ਆਇਆ ਕਿ ਇਹ ਫਿਲਮ ਬਣਾਉਣੀ ਚਾਹੀਦੀ ਹੈ ਸਾਨੂੰ ਸੋ ਜਿਹੜੀ ਤੁਸੀਂ ਸਟੋਰੀ ਪਿੱਕ ਕੀਤੀ ਹੈ ਰੀਅਲ ਤੁਹਾਡੀ ਆਪਣੀ ਅੱਖੀ ਦੇਖੀ ਸਟੋਰੀ ਤੁਹਾਡੇ ਪਰਿਵਾਰ ਨਾਲ ਬੀਤੀਆਂ ਹੋਈਆਂ ਸਾਰੀਆਂ ਗੱਲਾਂ ਇਹਦੇ ਵਿੱਚ ਆਪਾਂ ਨੂੰ ਕਿੰਨੀ ਕੁ ਮੋਡੀਫਿਕੇਸ਼ਨ ਕਰਨੀ ਪਈ ਹੈ ਯੂਥ ਨੂੰ ਜਾਂ ਹੋਰ ਕਲਚਰ ਨੂੰ ਸਮਝਾਉਣ ਦੇ ਲਈ ਵੀ ਕੀ ਕੁਛ ਸਾਡਾ ਵਾਪਰ ਰਿਹਾ ਦੇਖੋ ਹਰ ਫਿਲਮ ਦਾ ਕੀ ਹੁੰਦਾ ਹੈ ਕਿ ਕਹਾਣੀ ਕੋਈ ਨਾ ਕੋਈ ਬਣਾਉਣੀ ਪੈਂਦੀ ਹੈ ਕਿਸੇ ਫੈਮਿਲੀ ਦੀ ਜਦਕਿ ਇਹ ਫੈਮਿਲੀ ਦੀ ਗੱਲ ਨਹੀਂ ਹੈਗੀ ਇਹ ਪੂਰੀ ਕੌਮ ਦੀ ਗੱਲ ਹੈਗੀ ਹੈ ਬਿਲਕੁਲ ਜੀ ਪਰ ਸਾਨੂੰ ਇੱਕ ਫੈਮਿਲੀ ਤੋਂ ਹੀ ਸ਼ੁਰੂ ਕਰਨਾ ਪੈਂਦਾ ਕਿਉਂਕਿ ਫਿਲਮ ਬਣਾਉਣੀ ਹੈ ਫਿਕਸ਼ਨ ਬਣਾਉਣਾ ਤਾਂ ਫੈਮਿਲੀ ਤੋਂ ਕਰਨਾ ਪਏਗਾ ਅਤੇ ਇਸ ਫਿਲਮ ਦਾ ਕੀ ਹੈ ਕਿ ਜਦ 47 ਮੈਂ ਮੇਰੇ ਫਾਦਰ ਨੇ ਦੱਸਿਆ ਅਤੇ ਉਹ ਅਸੀਂ ਇੱਕ ਸਾਨੂੰ ਲੇਡੀ ਵੀ ਮਿਲ ਗਈ ਕਿ ਉਹ 10 ਸਾਲ ਦੀ ਲੇਡੀ ਜਦੀ ਇਕੱਲੀ ਆਈ ਸੀ ਜਲੰਧਰ
ਅੱਛਾ ਜੀ ਤੇ ਉਹਦੇ ਪੰਜ ਭਰਾ ਸੀ ਜਿਸ ਦਿਨ ਵੰਡ ਹੋਈ ਆ ਉਸ ਦਿਨ ਸ਼ਾਮ ਨੂੰ ਇਹਨਾਂ ਦੇ ਭਰਾ ਦੀ ਅੰਗੇਜਮੈਂਟ ਸੀਗੀ ਵੱਡੇ ਭਰਾ ਦੀ ਸਭ ਤੋਂ ਵੱਡੇ ਭਰਾ ਦੀ ਅੰਗੇਜਮੈਂਟ ਸੀਗੀ ਅੱਛਾ ਜੀ ਤੇ ਉਹ ਸਾਰੇ ਭਰਾ ਮਰ ਗਏ ਉਸ 47 ਦੇ ਅੰਦਰ ਉਹਦੇ ਫਾਦਰ ਮਰ ਗਏ ਫਾਦਰ ਨੇ ਮਰਨ ਤੋਂ ਪਹਿਲੇ ਆਪਣੇ ਘਰ ਦੀਆਂ 12 ਔਰਤਾਂ ਨੂੰ ਮਾਰਤਾ ਤਾਂ ਕਿ ਇਹਨਾਂ ਦੀ ਇੱਜ਼ਤ ਨਾ ਖਰਾਬ ਹੋ ਜਾਏ ਅੱਛਾ ਜੀ ਉਹ ਬੱਚੀ ਜਿਹੜੀ ਸੀਗੀ ਉਹ ਕਿਸੇ ਤਰੀਕੇ ਕੋਨੇ 'ਚ ਬੇਹੋਸ਼ ਪਈ ਰਹਿ ਗਈ ਅੱਛਾ ਜੀ ਅਤੇ ਉਹਨੂੰ ਕੋਈ ਇੰਡੀਆ ਲੈ ਆਇਆ ਜਿਹੜਾ ਜਲੰਧਰ ਉਹ ਲੇਡੀ ਨੇ ਸਾਨੂੰ ਜਦੋਂ ਕਹਾਣੀ ਸੁਣਾਈ ਮੇਰੇ ਅੱਖਾਂ 'ਚ ਪਾਣੀ ਆ ਗਿਆ ਮੈਨੂੰ 47 ਦੀ ਸਟੋਰੀ ਮਿਲ ਗਈ ਅਤੇ ਅੱਗੇ ਦੀ ਸਟੋਰੀ ਤਾਂ ਆਲਮੋਸਟ ਸਾਰਿਆਂ ਨੂੰ ਪਤਾ ਹੀ ਹੈ ਕਿ 47-84 'ਚ ਹੋਇਆ ਕੀ ਹੈ ਅਤੇ ਉਹ ਫਿਰ ਬੈਠ ਕੇ ਇੱਕ ਵਨ ਲਾਈਨ ਸਟੋਰੀ ਮੈਂ ਆਪ ਹੀ ਲਿਖੀ ਫਿਰ ਮੈਂ ਇੱਕ ਦੋ ਰਾਈਟਰ ਬੁਲਾਏ ਡਾਇਲੋਗ ਰਾਈਟਰ ਬੁਲਾਇਆ ਸਕਰੀਨ ਪਲੇ ਰਾਈਟਰ ਬੁਲਾਇਆ ਫਿਰ 2 ਮਹੀਨੇ ਸਾਰਿਆਂ ਦੀ ਇੱਕ ਟੀਮ ਬੈਠੀ ਅਤੇ ਉਹਨੂੰ ਡੇਲੀ ਕੁਛ ਨਾ ਕੁਛ ਲਿਖਦੇ ਸੀਗੇ ਸਹੀ ਡਾਇਲੋਗ ਸਹੀ ਸ਼ਬਦਾਵਲੀ ਤਾਂ ਕਿ ਸਿੱਖ ਦਾ ਇਹ ਮਕਸਦ ਹੈ ਕਿ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਤਾਂ ਕਿ ਸਾਡੀ ਸ਼ਬਦਾਵਲੀ ਇਹੋ ਜਿਹੀ ਨਾ ਹੋਵੇ ਕਿ ਲੋਕੀ ਇਹ ਨਾ ਕਹਿਣ ਕਿ ਸ਼ਾਇਦ ਫਿਲਮ ਦੇ ਬਹਾਨੇ ਇਹ ਸਾਡੇ ਤੇ ਅਟੈਕ ਕਰਦੇ ਪਰ ਸਾਡਾ ਮਕਸਦ ਤਾਂ ਇਹ ਹੈ ਕਿ ਸਾਡੀ ਨਾਲ ਜੋ ਬੀਤੀ ਹੈ ਅਸੀਂ ਉਹ ਸਾਹਮਣੇ ਰੱਖੀ ਹੈ ਔਰ ਮੈਂ ਬੜੀ ਬੈਲੈਂਸ ਫਿਲਮ ਬਣਾਈ ਹੈ ਮੈਂ ਕੋਈ ਚੀਜ਼ ਛੁਪਾਈ ਨਹੀਂ ਹੈ ਕਿਉਂਕਿ ਉਸ ਵੇਲੇ ਕੀ ਸੀਗਾ ਕਿ 47 ਦੇ ਅੰਦਰ ਦੇਖੋ ਅਤੇ ਮੁਸਲਮਾਨਾਂ ਨੇ ਲੁੱਟਪੱਟ ਵੀ ਕੀਤੀ ਸੀ ਉਹੀ ਮੁਸਲਮਾਨ ਉਹਨਾਂ 'ਚ ਵੀ ਕੁਛ ਮੁਸਲਮਾਨ ਸੀਗੇ ਜਿਨ੍ਹਾਂ ਨੇ ਬਚਾਇਆ ਵੀ ਸੀ ਹਿੰਦੂਆਂ ਨੂੰ ਸਿੱਖਾਂ ਨੂੰ ਬਿਲਕੁਲ ਪਰ ਮੈਂ ਕਹਿੰਦਾ ਕਿ ਜਿਹੜੇ ਵੀ ਲੁੱਟਪੱਟ ਕਰਨ ਵਾਲੇ ਹੈਗੇ ਸੀਗੇ ਉਦੋਂ ਵੀ ਉਹਨਾਂ ਦਾ ਕੋਈ ਧਰਮ ਨਹੀਂ ਸੀ ਉਹ ਗੁੰਡੇ ਹੀ ਸੀਗੇ ਬਦਮਾਸ਼ ਸੀਗੇ ਪੋਲੀਟੀਸ਼ੀਅਨਸ ਦੇ ਜਿਹੜੇ 84 ਦੇ ਅੰਦਰ ਵੀ ਦੇਖਿਆ ਜਾਏ ਅਤੇ ਉਦੋਂ ਵੀ ਸਭ ਗੁੰਡੇ ਹੀ ਸੀਗੇ ਮਾਰਨ ਕੁੱਟਣ ਵਾਲੇ ਜਿਨ੍ਹਾਂ ਨੇ ਲੁੱਟਿਆ ਅਤੇ ਉਹਨਾਂ ਦੇ ਵਿੱਚੋਂ ਹੀ ਗੁੰਡੇ ਨਹੀਂ ਸੀਗੇ ਜਿਹੜੇ ਹੋਰ ਸੀਗੇ ਹਿੰਦੂ ਉਹਨੇ ਬਚਾਇਆ ਵੀ ਸੀਗਾ ਜਿੱਦਾਂ ਮੈਨੂੰ ਇੱਕ ਡਾਕਟਰ ਨੇ ਬਚਾਇਆ ਹਿੰਦੂ ਜੈਂਟਲਮੈਨ ਸੀਗਾ ਬਿਲਕੁਲ ਸੋ ਬਬਲੀ ਸਿੰਘ ਜੀ ਜੇ ਅਸੀਂ ਅੱਗੇ ਵੱਧਦੇ ਹਾਂ ਇਸ ਸਟੋਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਦੋਂ ਤੁਸੀਂ ਫਿਲਮ ਦੀ ਰਾਈਟਿੰਗ ਤੁਹਾਡੀ ਫਿਨਿਸ਼ ਹੋ ਗਈ ਜੋ ਡਾਇਰੈਕਟਰ ਚੂਜ਼ ਕਰਨ ਦੀ ਵਾਰੀ ਆਈ ਅਤੇ ਉਹਨੂੰ ਤੁਹਾਨੂੰ ਕਿੰਨੀ ਕੁ ਮੁਸ਼ਕਲ ਸਾਹਮਣੇ ਕਰਨੀ ਪਈ ਵੀ ਇਹ ਡਾਇਰੈਕਟਰ ਦਾ ਬਹੁਤ ਵੱਡਾ ਹੱਥ ਹੁੰਦਾ ਫਿਲਮ ਨੂੰ ਇੱਕ ਸਹੀ ਰੂਪ ਰੇਖਾ ਦੇਣਾ ਬਿਲਕੁਲ ਜੀ ਡਾਇਰੈਕਟਰ ਕੈਪਟਨ ਆਫ ਦਾ ਸ਼ਿਪ ਅਤੇ ਡਾਇਰੈਕਟਰ ਮੈਂ ਕਈ ਡਾਇਰੈਕਟਰ ਲੱਭੇ ਸਟੋਰੀ ਮੇਰੇ ਹੱਥ 'ਚ ਸੀਗੀ ਸਾਲ ਕੁ ਪਹਿਲੇ ਦੀ ਗੱਲ ਕਰ ਰਿਹਾ ਅਤੇ ਕਈ ਡਾਇਰੈਕਟਰ ਮੈਂ ਲੱਭੇ ਲੇਕਿਨ ਮੈਨੂੰ ਇਹ ਸੀਗਾ ਕਿ ਇਹਨੇ ਉਹ ਕੋਮੇਡੀ ਬਣਾਈ ਹੋਈ ਹੈ ਇਹਨੇ ਉਹ ਲਵ ਸਟੋਰੀਆਂ ਬਣਾਈਆਂ ਹੋਈਆਂ ਇਹਦੀ ਇਮੇਜ ਇੱਦਾਂ ਦੀ ਨਹੀਂ ਲੱਗਦੀ ਇੱਦਾਂ ਦੀ ਨਹੀਂ ਲੱਗਦੀ ਮਤਲਬ ਕੋਈ ਇੱਦਾਂ ਦਾ ਬੰਦਾ ਹੋ ਜਾਵੇ ਫਿਕਸ਼ਨ ਦੇ ਉੱਤੇ ਜਿਹੜਾ ਸੋਲਿਡ ਹੱਥ ਹੋਵੇ ਜਿਹੜਾ ਜੁੜ ਜਾਏ ਅੰਦਰ ਵੜ ਜਾਏ ਸਟੋਰੀ ਦੇ ਅਤੇ ਪਿਛਲੇ ਕੁਛ ਟਾਈਮ ਪਹਿਲੇ ਦੀ ਗੱਲ ਹੈ ਕਿ ਨਾਬਰ ਫਿਲਮ ਇੱਕ ਬਣੀ ਸੀਗੀ ਉਹਨੂੰ ਨੈਸ਼ਨਲ ਅਵਾਰਡ ਮਿਲਿਆ ਸੀ ਹਲੇ ਰਿਲੀਜ਼ ਨਹੀਂ ਹੋਈ ਸੀ ਅੱਛਾ ਜੀ ਅਤੇ ਮੇਰੇ ਕੋਲ ਉਹ ਨਾਬਰ ਦੀ ਅਸੀਂ ਹੋਰ ਸਾਡਾ DVD ਰਾਈਟਸ ਦਾ ਵੀ ਕੰਮ ਹੈਗਾ ਹਾਂਜੀ ਬਿਲਕੁਲ ਅਤੇ ਉਹ ਜਿਹਨੇ ਬਣਾਈ ਸੀ ਪ੍ਰੋਡਿਊਸਰ ਉਹ ਮੇਰੇ ਕੋਲ ਫਿਲਮ ਲੈ ਕੇ ਆਇਆ ਅਤੇ ਮੈਂ ਕਿਹਾ ਯਾਰ ਨਾਬਰ ਮੈਨੂੰ ਨਾਮ ਵੀ ਨਹੀਂ ਸਮਝ 'ਚ ਆਉਂਦਾ ਪਲੱਸ ਕੋਈ ਸਟਾਰਕਾਸਟ ਨਹੀਂ ਹੈ ਅਤੇ ਮੈਂ ਉਹਨੂੰ ਥੋੜ੍ਹਾ ਜਿਹਾ ਟਾਲਣ ਵਾਸਤੇ ਨਾ ਮੈਂ ਚਲੋ ਮੈਂ ਥੋੜ੍ਹੀ ਜਿਹੀ ਫਿਲਮ ਦੇਖ ਲੈਂਦੀ ਹਾਂ ਮੈਂ ਫਾਸਟ ਫਾਰਵਰਡ ਕਰਕੇ ਦੇਖਾਂਗਾ ਜਦੋਂ ਮੈਂ ਫਿਲਮ ਦੇਖਣੀ ਸ਼ੁਰੂ ਕੀਤੀ ਮੈਂ ਪੂਰੀ ਦੇਖ ਲਈ ਉਹਦੇ ਲੈਪਟਾਪ ਦੇ ਅੰਦਰ ਅੱਛਾ ਜੀ ਹਾਂਜੀ ਮੈਨੂੰ ਅੱਛੀ ਲੱਗੀ ਫਿਲਮ ਮੈਂ ਸਿਰਫ ਔਰ ਸਿਰਫ ਜਦੋਂ ਸ਼ੁਰੂਆਤ 10 ਮਿੰਟ ਦੇਖੇ ਨਾ ਮੈਂ ਕਿਹਾ ਯਾਰ ਡਾਇਰੈਕਟਰ ਕਿਹੜਾ ਆਏਗਾ ਪਹਿਲੇ ਇਹ ਦੇਖਾਂ ਕਿਉਂਕਿ ਡਾਇਰੈਕਟਰ ਨੇ ਸ਼ੁਰੂਆਤ ਦੇ ਅੰਦਰ ਹੀ ਕਮਾਲ ਕੀਤਾ ਹੋਇਆ ਅਤੇ ਮੈਂ ਫਿਲਮ ਪੂਰੀ ਦੇਖੀ ਅਤੇ ਮੈਂ ਉਹਨੂੰ ਕੁਛ ਨਹੀਂ ਪੁੱਛਿਆ ਮੈਂ ਕਿਹਾ ਮੈਨੂੰ ਉਹ ਡਾਇਰੈਕਟਰ ਦਾ ਨੰਬਰ ਦੇ ਦੇ ਜਰਾ ਅੱਛਾ ਅਤੇ ਉਹਨੇ ਕਿਹਾ ਰਾਜੀਵ ਸ਼ਰਮਾ ਹੁਣ ਰਾਜੀਵ ਕਹਿ ਰਹੇ ਮੇਰੇ ਕਈ ਮੇਰੇ ਫਰੈਂਡ ਹੈਗੇ ਆ ਅਤੇ ਮੀਡੀਆ ਦੇ ਲੋਕ ਹੈਗੇ ਆ ਮੈਂ ਕਿਹਾ ਉਹੀ ਰਾਜੀਵ ਸ਼ਰਮਾ ਜਿਹੜਾ ਚੈਨਲ ਪੰਜਾਬ 'ਚ ਹੁੰਦਾ ਸੀ ਕਹਿੰਦਾ ਹਾਂਜੀ ਉਹੀ ਹੈ ਅੱਛਾ ਜੀ ਹਾਂ ਅਤੇ ਮੈਂ ਉਹਨੂੰ ਕਿਹਾ ਤੇਰੀ DVD ਤਾਂ ਮੈਂ ਲੈ ਹੀ ਲਵਾਂਗਾ ਅਤੇ ਪ੍ਰਾਈਜ਼ ਅਸੀਂ ਕਰ ਲਵਾਂਗੇ ਉਹ ਜਿੱਦਾਂ ਗਿਆ ਮੈਂ ਰਾਜੀਵ ਨੂੰ ਫੋਨ ਕੀਤਾ ਮੈਂ ਕਿਹਾ ਵੀ ਇੱਦਾਂ ਕਿੱਥੇ ਕਹਿੰਦਾ ਬੰਬੇ ਹੈਗਾ ਅਤੇ ਮੈਂ ਕਿਹਾ ਕਦੋਂ ਆਉਣਾ ਕਹਿੰਦਾ ਉਹ 4-5 ਦਿਨ ਤੱਕ ਮੈਂ ਕਿਹਾ ਮੈਂ ਤੈਨੂੰ ਟਿਕਟ ਦਿੰਦਾ ਤੂੰ ਕੱਲ੍ਹ ਹੀ ਆ ਜਾ ਅਤੇ ਉਹ ਆ ਗਿਆ ਮੈਂ ਉਹਨੂੰ ਸਟੋਰੀ ਸੁਣਾਈ ਅਤੇ ਮੈਂ ਕਿਹਾ ਇਹ ਸਟੋਰੀ ਉਹ 3 ਵਾਰੀ ਤਾਂ ਰੋ ਪਿਆ ਫਿਲਮ ਦੇ ਅੰਦਰ ਅੱਛਾ ਜੀ ਆਪ ਹਾਂ ਮੈਂ ਕਿਹਾ ਕਰੇਗਾ ਡਾਇਰੈਕਟ ਅਤੇ ਕਹਿੰਦਾ ਮੈਂ ਬਿਲਕੁਲ ਕਰਾਂਗਾ ਅਤੇ ਮੈਂ ਕਿਹਾ ਪਰ ਮੇਰੇ ਕੋਲ ਮੈਨੂੰ ਜਲਦੀ ਹੁਣ ਮੈਂ ਵੇਟ ਨਹੀਂ ਕਰ ਸਕਦਾ ਮੈਨੂੰ ਅਗਲੇ ਮਹੀਨੇ ਤੋਂ ਸਟਾਰਟ ਕਰਨੀ ਸ਼ੂਟਿੰਗ ਮੈਨੂੰ ਉਹਨੇ ਕਿਹਾ ਮੈਨੂੰ ਪਤਾ ਵੀ ਸੀਗਾ ਉਦੋਂ ਪਤਾ ਵੀ ਲੱਗ ਗਿਆ ਸੀਗਾ ਕਿ ਉਹ ਇੱਕ ਬਹੁਤ ਵੱਡੇ ਐਕਟਰ ਨਾਲ ਇੱਕ ਫਿਲਮ ਕਰਨ ਜਾ ਰਿਹਾ ਔਰ ਨੈਕਸਟ ਮੰਥ ਹੀ ਕਰਨ ਜਾ ਰਿਹਾ ਅੱਛਾ ਮੈਂ ਕਿਹਾ ਦੇਖ ਬਈ ਜਾਂ ਤਾਂ ਮੈਂ ਕੋਈ ਹੋਰ ਲੱਭਾਂ ਜਾਂ ਤੂੰ ਉਹਨੂੰ ਡਿਲੇ ਕਰ ਲੈ ਉਸ ਬੰਦੇ ਨੇ ਉਹ ਫਿਲਮ ਡਿਲੇ ਦੇ ਚੱਕਰ 'ਚ ਛੱਡ ਹੀ ਦਿੱਤੀ ਕਹਿੰਦਾ ਮੈਂ ਇਹੀ ਕਰਨੀ ਹੈ ਜਦਕਿ ਉਹ ਬਹੁਤ ਵੱਡੇ ਸਟਾਰ ਨਾਲ ਕਰ ਰਿਹਾ ਸੀਗਾ ਫਿਲਮ ਕਹਿੰਦਾ ਇਹੀ ਕਰਨੀ ਹੈ ਮੈਂ ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਤੁਸੀਂ ਡਾਇਰੈਕਟਰ ਫਾਈਨਲ ਕਰ ਲਿਆ ਹੁਣ ਵਾਰੀ ਆਉਂਦੀ ਹੈ ਸਟਾਰਕਾਸਟ ਦੀ ਜੀ ਸਟਾਰਕਾਸਟ ਅਸੀਂ ਤੁਸੀਂ ਸਾਨੂੰ ਉਹਦੀ ਸ਼ੋਅ ਰੀਲ ਦਿਖਾਈਏ ਜੀ ਜਿਹੜੇ ਉਹਦੇ ਕਰੈਕਟਰ ਨੇ ਬੜੇ ਐਪਰੋਪ੍ਰੀਏਟ ਨੇ ਜੀ ਬੜੇ ਢੁੱਕਦੇ ਨੇ ਹਰ ਇੱਕ ਦਾ ਨਾਮ ਉਹਦੇ ਚਿਹਰੇ ਨਾਲ ਉਹਦੀ ਬੋਡੀ ਲੈਂਗੁਏਜ ਦੇ ਨਾਲ ਅਤੇ ਇੱਕ ਦਿਖਦਾ ਕਿ ਐਕਟਰ ਨੇ ਕੰਮ ਕੀਤਾ ਇਹਦੇ ਪਿੱਛੇ ਇਹ ਸਿਹਰਾ ਕਿਹਨੂੰ ਜਾਂਦਾ ਦੇਖੋ ਇਹਦੇ ਪਿੱਛੇ ਕੀ ਹੈ ਫਿਰ ਤਾਂ ਟੀਮ ਬਣ ਜਾਂਦੀ ਹੈ
ਮੈਂ ਹੈਗਾ, ਮੈਂ ਵੀ 30 ਸਾਲ ਤੋਂ ਇਸ ਮੀਡੀਆ ਦੇ ਅੰਦਰ ਹੈਗਾ। ਹਾਂਜੀ, ਰਾਜੀਵ ਡਾਇਰੈਕਟਰ ਬਹੁਤ ਅੱਛਾ ਡਾਇਰੈਕਟਰ ਹੈਗਾ, ਉਹ ਵੀ ਚੈਨਲਸ ਦੇ ਅੰਦਰ ਕਈ ਵਾਰੀ ਕੰਮ ਕਰ ਚੁੱਕਾ। ਫਿਰ ਅਸੀਂ ਇਹੀ ਉਹੀ ਗੱਲ ਆਈ ਕਿ ਉੱਦਾਂ ਦਾ ਡਾਇਰੈਕਟਰ ਚਾਹੀਦੇ ਨੇ ਜਿਹਦੀ ਇਮੇਜ ਇੱਦਾਂ ਦੀ ਨਾ ਹੋਏ ਕਿ ਉਹ ਉਹਨੂੰ ਰਿਲੇਟ ਕਰੇ ਕਿਸੇ ਜਗ੍ਹਾ ਦੇ ਉੱਪਰ, ਅਤੇ ਅਸੀਂ ਉਹ ਲੱਭੇ। ਫਿਰ ਐਕਟਰ ਮੇਨ ਜਿਹੜਾ ਸਾਨੂੰ ਐਕਟਰਸ ਦਾ ਸੀ ਨਾ, ਉਹ ਨਤਾਸ਼ਾ ਰਾਣਾ ਇੱਕ ਜਿਹੜੀ ਲੇਡੀ ਮਿਲੀ ਹੈ ਨਾ, ਉਹਨੇ ਐਕਟਿੰਗ ਛੱਡ ਦਿੱਤੀ ਸੀ ਕਿਉਂਕਿ ਕਹਿੰਦੀ ਸੀ ਕਿ ਮੈਂ ਇੱਦਾਂ ਦੇ ਰੋਲ ਨਹੀਂ ਕਰਾਂਗੇ ਕੋਈ ਵੀ, ਮੈਨੂੰ ਕੋਈ ਬਹੁਤ ਅੱਛਾ ਕੋਈ ਸਬਜੈਕਟ ਆਏਗਾ ਉਦੋਂ ਕਰਾਂਗੀ। 4-5 ਸਾਲ ਤੋਂ ਐਕਟਿੰਗ ਹੀ ਨਹੀਂ ਕਰ ਰਹੀ ਸੀਗੀ। ਅੱਛਾ ਜੀ, ਵੈਸੇ ਉਹ ਬਹੁਤ ਵੱਡੀ ਐਕਟਰੈਸ ਹੈਗੀ ਹੈ, ਜਲੰਧਰ ਦੂਰਦਰਸ਼ਨ, ਨੈਸ਼ਨਲ ਦਿੱਲੀ ਦੂਰਦਰਸ਼ਨ, ਔਰ ਕਈ ਸੋਪ ਕਰ ਚੁੱਕੀ ਹੈ ਸਟਾਰ ਪਲੱਸ ਜੀ ਦੇ ਅੰਦਰ। ਅਤੇ ਉਹਨੂੰ ਅਸੀਂ ਪੁੱਛਿਆ, ਕਹਿੰਦੀ ਮੈਂ ਵਿਦਾਊਟ ਸਟੋਰੀ ਸੁਣੇ, ਫੋਨ 'ਤੇ ਗੱਲ ਹੋਈ, ਵਿਦਾਊਟ ਸਟੋਰੀ ਸੁਣੇ ਮੈਂ ਓਕੇ ਨਹੀਂ ਕਰ ਸਕਦੀ। ਉਹਨੂੰ ਪੁੱਛਿਆ ਵੀ ਤੂੰ ਪੈਸੇ ਕਿੰਨੇ ਲਏਂਗੀ, ਉਹ ਕਹਿੰਦੀ ਮੈਂ ਪੈਸੇ ਸ਼ਾਇਦ ਸਟੋਰੀ ਇੰਨੀ ਵਧੀਆ ਹੋਏ ਤਾਂ ਮੈਂ ਪੈਸੇ ਪੱਲਿਓਂ ਵੀ ਦੇ ਦਿਆਂ, ਇੱਦਾਂ ਦੀ ਗੱਲ ਕੀਤੀ ਉਹਨੇ। ਅੱਛਾ ਜੀ, ਹਾਂ, ਕਹਿੰਦੀ ਮੈਨੂੰ ਡਜ਼ਨਟ ਮੈਟਰ ਆਫ ਮਨੀ। ਅੱਛਾ ਜੀ, ਮੈਨੂੰ ਤੁਸੀਂ ਜਦੋਂ ਤੁਸੀਂ ਇਹ ਸਾਰੀ ਸਟਾਰਕਾਸਟ ਦੀ ਗੱਲ ਦੱਸੀ ਹੈ, ਪਰ ਜੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਸਾਡੀ ਤੁਹਾਡੀ ਪ੍ਰੋਡਕਸ਼ਨ ਬੜੀ ਜ਼ਬਰਦਸਤ ਹੈ, ਡਾਇਰੈਕਟਰ ਪ੍ਰੋਡਿਊਸਰ ਦੇ ਤੌਰ 'ਤੇ ਤੁਸੀਂ ਕੰਮ ਕੀਤਾ, ਸੋ ਓਵਰਆਲ ਕਿੰਨਾ ਕੁ ਖਰਚਾ ਆ ਗਿਆ ਤੁਹਾਡੀ ਇਸ ਸਾਰੇ ਪ੍ਰੋਜੈਕਟ ਦੇ ਉੱਤੇ? ਇਸ ਪ੍ਰੋਜੈਕਟ ਦੇ ਉੱਪਰ ਰਿਲੀਜ਼ਿੰਗ ਕਾਸਟ ਐਂਡ ਪਬਲਿਸਿਟੀ ਕਾਸਟ ਛੱਡ ਕੇ 3 ਕਰੋੜ ਦਾ ਖਰਚਾ ਆਇਆ। ਉਹ ਹੁਣ ਕਰੋੜ ਹੋਰ ਹੈਗਾ ਜਿਹੜਾ ਸਾਡੀ DCP ਹੈ, ਉਹ ਬੜਾ ਕੁਛ ਬਣਨਾ ਆ ਜੇ ਪੋਸਟਰ ਵਗੈਰਾ ਬੜਾ ਨਿੱਕਾ ਨਿੱਕਾ ਚੀਜ਼ਾਂ ਬਣੀ। ਮੇਨ ਤਾਂ ਥੀਏਟਰ ਦੀ ਕਾਸਟ ਹੀ ਬੜੀ ਹੁੰਦੀ ਹੈ ਨਾ, 200 ਥੀਏਟਰਾਂ ਤੇ ਲਗਾ ਰਹੇ ਆ। ਅੱਛਾ ਜੀ, ਉਹ ਵੀ ਬੜੀ ਵੱਡੀ ਕਾਸਟ ਹੋ ਜਾਂਦੀ ਹੈ। ਪਲਾਨ ਕੀ ਹੈ ਫਿਲਮ ਨੂੰ ਰਿਲੀਜ਼ ਕਰਨ ਦਾ? ਕਿਹੜੇ ਕਿਹੜੇ ਤੁਸੀਂ ਕਾਉਂਟੀ 'ਚ ਕਰਨੀ ਚਾਹੁੰਦੇ ਹੋ? ਦੇਖੋ ਜੀ, ਆਪਣੀ ਕਾਉਂਟੀ ਮੰਨ ਲਓ ਇਹ ਪੂਰਾ UK, ਆਪਣੇ ਆਪ 'ਚ ਯੂਰੋਪ, ਅਮੈਰੀਕਾ, ਕੈਨੇਡਾ, ਹੁਣ ਤਾਂ ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਵੀ ਸਾਡੀ ਬੜੀ ਕਮਿਊਨਿਟੀ ਬੈਠੀ ਹੈ। ਮੇਰੀ ਫਿਲਮ ਸਾਰੀ ਜਗ੍ਹਾ ਰਿਲੀਜ਼ ਹੋ ਰਹੀ ਹੈ। ਅੱਛਾ ਜੀ, UK ਦੇ ਅੰਦਰ ਸਾਡੇ ਬੜੇ ਅੱਛੇ ਫਰੈਂਡ ਹੈਗੇ ਜਿਹੜੇ ਬੜੀ ਵੱਡੀਆਂ ਵੱਡੀਆਂ ਪੰਜਾਬੀ ਫਿਲਮਾਂ ਕਰਦੇ ਆ ਰਹੇ ਨੇ, ਕਰਨ ਪਰਮਾਰ। ਅੱਛਾ ਜੀ, ਉਹ ਰਿਲੀਜ਼ ਕਰ ਰਹੇ ਨੇ। ਨੌਰਥ ਅਮੈਰੀਕਾ, ਨਿਰਮਲ ਧਾਲੀਵਾਲ ਜਿਨ੍ਹਾਂ ਨੇ ਹੁਣੇ ਵੱਡੀਆਂ ਅੱਛੀਆਂ ਦਿਲਜੀਤ ਦੀਆਂ ਪਿਕਚਰਾਂ, ਗੁਰਦਾਸ ਮਾਨ ਜੀ ਦੀਆਂ ਪਿਕਚਰਾਂ ਰਿਲੀਜ਼ ਕੀਤੀਆਂ। ਸੇਮ ਨਿੱਕ ਹੈਗਾ ਆਸਟ੍ਰੇਲੀਆ, ਨਿਊਜ਼ੀਲੈਂਡ, ਉਹ ਵੀ ਇਹੀ ਫਿਲਮਾਂ ਵੱਡੀਆਂ ਕਰ ਰਿਹਾ। ਬਿਲਕੁਲ ਜੀ, ਬਿਲਕੁਲ, ਇਹ ਓਵਰਸੀਜ਼ ਕੰਟਰੀਜ਼ ਦੇ ਅੰਦਰ ਇਹ ਲੋਕ ਕਰ ਰਹੇ ਨੇ, ਅਤੇ ਇੰਡੀਆ ਦੇ ਅੰਦਰ ਯਸ਼ਰਾਜ ਦੇ ਜਿਹੜੇ ਡਿਸਟ੍ਰੀਬਿਊਟਰ ਹੈਗੇ ਨੇ, ਅੱਛਾ ਜੀ, ਯਸ਼ਰਾਜ ਚੋਪੜਾ, ਉਹ ਲੋਕ ਕਰ ਰਹੇ ਨੇ। ਅਤੇ ਕਿਉਂਕਿ ਸਾਡੇ ਕੋਲ ਸਮਾਂ ਬੜਾ ਸੀਮਤ ਹੈ, ਪਰ ਤੁਹਾਡਾ ਹਜੇ ਗੱਲਾਂ ਇੰਨੀਆਂ ਵਧੀਆ ਹੋ ਰਹੀਆਂ ਨੇ ਕਿ ਫਿਲਮ ਤੁਸੀਂ ਦੱਸਦੇ ਪਏ ਹੋ ਅਤੇ ਮੈਂ ਤਾਂ ਹੁਣੇ ਦੇਖਣ ਜੀ ਕਰਦਾ ਪਿਆ ਵੀ ਤੁਸੀਂ ਪਿੱਛੇ ਸ਼ੋਅ ਹੀ ਲੈ ਕੇ ਆਏ ਹੋ। ਸੰਗਤ ਜੀ, ਤੁਹਾਨੂੰ ਦੱਸ ਜਾਈਏ ਕਿ ਰਿਲੀਜ਼ਿੰਗ ਡੇਟ ਜਲਦ ਹੀ ਅਨਾਊਂਸ ਕਰ ਦਿੱਤੀ ਜਾਵੇਗੀ, ਅਤੇ ਤਿਆਰੀਆਂ ਲਗਭਗ ਮੁਕੰਮਲ ਨੇ, ਅਤੇ ਤੁਸੀਂ ਤਿਆਰੀ ਕਰ ਲਓ। ਰਿਲੀਜ਼ਿੰਗ ਡੇਟ ਹੋ ਗਈ ਹੈ 30 ਮਈ ਜੀ। ਲਓ ਜੀ, ਇਹਦਾ ਵੀ ਰੀਜ਼ਨ ਤੁਸੀਂ ਪੁੱਛ ਲਓ 30 ਮਈ ਕਿਉਂ ਹੈ, ਕਿਉਂਕਿ ਇਹ ਜਦੋਂ ਸ਼ੁਰੂ ਕੀਤੀ ਸੀ ਤਾਂ ਅਸੀਂ ਸੋਚ ਲਿਆ ਸੀ 30 ਮਈ ਨੂੰ ਰਿਲੀਜ਼ ਕਰਨੀ ਹੈ। ਜ਼ਰੂਰ ਦੱਸੋ ਜੀ, 30 ਸਾਲ ਹੋ ਗਏ। ਅੱਛਾ, ਘੱਲੂਘਾਰਾ ਨੂੰ, ਹਾਂਜੀ, ਜਿਹੜਾ 2 ਜੂਨ ਤੋਂ ਲੈ ਕੇ 6 ਜੂਨ ਦਾ ਹੁੰਦਾ, 3 ਜੂਨ ਨੂੰ ਬਲੈਕ ਡੇ ਵੀ ਮਨਾਇਆ ਜਾਂਦਾ। ਬਿਲਕੁਲ ਜੀ, 30 ਮਈ ਫਰਾਈਡੇ ਹੈਗਾ ਅਤੇ ਉਹ ਵੀਕ ਉਹੀ ਵਾਲਾ ਪੈਂਦਾ, ਇਸ ਕਰਕੇ ਇਹਨੂੰ ਇਹ ਕਰ ਰਿਹਾ। ਦੂਸਰਾ, 30 ਸਾਲ ਹੋ ਗਏ, ਇਨਸਾਫ਼ ਨਹੀਂ ਮਿਲਿਆ। ਇਸੇ ਕਰਕੇ ਤੁਸੀਂ ਉਸ 30ਵੇਂ, ਮਤਲਬ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਸਰਦਾਰ ਬਬਲੀ ਸਿੰਘ ਜੀ ਹੋਰਾਂ ਨੇ ਪੂਰੀ ਮਿਹਨਤ ਕਰਕੇ ਇਸ June 84 ਦੀ 30ਵੀਂ ਵਰ੍ਹੇਗੰਢ ਨੂੰ ਸਮਰਪਿਤ ਇਹ ਫਿਲਮ ਜੀ ਜੀ 47-84 ਹੁਣ ਮੈਂ ਕਿਸ ਨੂੰ ਵਤਨ ਕਹੂੰਗਾ ਸਿੱਖਾਂ ਦੀ ਝੋਲੀ ਦੇ ਵਿੱਚ ਪਾਈ ਹੈ। ਸੋ ਹਰ ਇੱਕ ਸਿੱਖ ਦਾ ਫਰਜ਼ ਬਣਦਾ ਕਿ ਉਹ ਆਪਣੇ ਧੀ ਪੁੱਤਰ, ਭੈਣ ਭਰਾ, ਰਿਸ਼ਤੇਦਾਰ, ਸਾਕ ਸੰਬੰਧੀਆਂ ਹਰ ਇੱਕ ਨੂੰ ਫੋਨ ਕਰੇ ਅਤੇ ਹਰ ਇੱਕ ਨੂੰ ਦੱਸੇ ਕਿ ਸਾਡੀ 47 ਦੇ ਵਿੱਚ ਸਾਡੇ ਬਜ਼ੁਰਗਾਂ ਦੀ ਸੱਚਾਈ ਅਤੇ 84 ਦੇ ਵਿੱਚ ਸਾਡੀ ਆਪਣੀ ਭਰਾਵਾਂ ਨਾਲ ਬੀਤੀ ਹੋਈ ਹੱਡ ਬੀਤੀ ਜਿਹਨੂੰ ਅਸੀਂ ਅੱਖੋਂ ਓਹਲੇ ਨਹੀਂ ਕਰ ਸਕਦੇ, ਉਹ ਅਸੀਂ ਜਲਦ ਹੀ ਤੁਹਾਡੇ ਅੱਗੇ ਲੈ ਕੇ ਆਉਣੀ ਹੈ। ਸੋ ਬਬਲੀ ਸਿੰਘ ਜੀ, ਸਾਡੇ ਕੋਲ ਲਾਸਟ 30 ਸੈਕਿੰਡ ਨੇ, ਤੁਸੀਂ ਸਿੱਖ ਚੈਨਲ ਰਾਹੀਂ ਪੂਰੇ ਵਰਲਡ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਦੇਖ ਰਹੇ ਸਿੱਖ ਚੈਨਲ ਦੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਆਪਣੇ ਪਰਿਵਾਰ ਸਮੇਤ, ਸਪੈਸ਼ਲੀ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਓ, ਕਿਉਂਕਿ ਇਹ ਇਤਿਹਾਸ ਹੈਗਾ ਸਾਡੀ ਕੌਮ ਦਾ, ਔਰ ਇਤਿਹਾਸ ਨੂੰ ਜ਼ਿੰਦਾ ਰੱਖਣਾ ਸਾਡਾ ਫਰਜ਼ ਬਣਦਾ ਹੈਗਾ। ਉਹਨਾਂ ਨੂੰ ਦਿਖਾਓਗੇ ਤਾਂ ਇਹ ਕੌਮ ਵੀ ਅੱਗੇ ਚੱਲੇਗੀ ਔਰ ਲੋਕ ਇਕੱਠੇ ਵੀ ਹੋਣਗੇ, ਇਨਸਾਫ਼ ਵਾਸਤੇ ਵੀ ਲੜਨਗੇ। ਇਸ ਕਰਕੇ ਮੇਰੀ ਇਹ ਮਤਲਬ ਰਿਕੁਐਸਟ ਹੈ, ਬੇਨਤੀ ਹੈ ਕਿ ਸਾਰੇ ਦੇ ਸਾਰੇ ਪਰਿਵਾਰ ਸਮੇਤ ਇਹ ਫਿਲਮ ਨੂੰ ਜਾ ਕੇ ਥੀਏਟਰ ਦੇਖੋ। ਉਹਦਾ ਵੀ ਰੀਜ਼ਨ ਹੈ ਕਿ ਇੱਦਾਂ ਦੀਆਂ ਫਿਲਮਾਂ ਅਗਰ ਸਕਸੈਸ ਕਰਨਗੀਆਂ, ਲੋਕਾਂ ਦੇ ਪੈਸੇ ਪੂਰੇ ਹੋਣਗੇ, ਤਾਂ ਅੱਗੇ 10 ਨਹੀਂ 50 ਨਹੀਂ 100 ਫਿਲਮਾਂ ਇੱਦਾਂ ਦੀਆਂ ਹੋਰ ਬਣਨਗੀਆਂ, ਅਤੇ ਸਰਕਾਰਾਂ ਨੂੰ ਵੀ ਇਸ ਚੀਜ਼ ਨੂੰ ਆਏਗਾ। ਇਹ ਕੋਈ ਸਿੱਖ ਧਰਮ ਦੀ ਗੱਲ ਨਹੀਂ ਹੈ, ਇਹ ਸਾਰੇ ਧਰਮਾਂ ਦੀ ਗੱਲ ਹੈਗੀ ਹੈ ਕਿ ਕਦੀ ਵੀ ਇੱਦਾਂ ਦੇ ਘੱਲੂਘਾਰਾ ਅਤੇ ਇੱਦਾਂ ਦੀਆਂ ਚੀਜ਼ਾਂ ਨਾ ਵਾਪਰੀਆਂ ਜਾਣ। ਬਿਲਕੁਲ ਜੀ, ਸੋ ਆਖੀਰ ਦੇ ਵਿੱਚ ਸਿੱਖ ਚੈਨਲ ਰਾਹੀਂ ਵੀ ਸਮੂਹ ਸੰਤਾਂ ਨੂੰ ਇਹੀ ਬੇਨਤੀ ਹੈ ਕਿ ਸਿੱਖ ਚੈਨਲ ਨੇ ਵੀ ਜਿੱਥੇ ਪਹਿਲਾਂ ਆਈਆਂ ਹੋਈਆਂ ਫਿਲਮਾਂ ਦਾ ਡਟ ਕੇ ਸਾਥ ਦਿੱਤਾ ਅਤੇ ਹੁਣ ਫਿਰ ਮੈਦਾਨ ਦੇ ਵਿੱਚ ਉਤਰੇ ਆ, ਤਾਂ ਕਿ 47-84 ਹੁਣ ਮੈਂ ਕਿਸ ਨੂੰ ਵਤਨ ਕਹੂੰਗਾ ਇਹ ਫਿਲਮ ਹੁਣ ਬਬਲੀ ਸਿੰਘ ਜੀ ਹੋਰਾਂ ਦੀ ਫਿਲਮ ਨਹੀਂ ਰਹੀ, ਇਹ ਸਾਡੀ ਸਾਰਿਆਂ ਦੀ ਆਪਣੀ ਫਿਲਮ ਹੈ ਜਿਸ ਨੂੰ ਅਸੀਂ ਰਲ ਕੇ ਕਾਮਯਾਬ ਕਰਨਾ, ਤਾਂ ਕਿ
ਤੁਹਾਨੂੰ ਵੀ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਆਉਣ ਵਾਲ ਜਿਹੜੇ ਹਜੇ ਸਿਰਫ 2 ਸਾਲ ਹੀ ਬੀਤੇ ਨੇ ਅਤੇ 3 ਫਿਲਮਾਂ ਵੱਡੇ ਪੱਧਰ ਦੀਆਂ ਆ ਗਈਆਂ ਨੇ ਅਤੇ ਹੋਰ ਪਤਾ ਨਹੀਂ ਹਜੇ ਅਜਿਹੀਆਂ ਕਿੰਨੀਆਂ ਕੁ ਮਨਾਂ ਦੇ ਵਿੱਚ ਲੋਕਾਂ ਦੀਆਂ ਚੀਜ਼ਾਂ ਦੱਬੀਆਂ ਪਈਆਂ ਨੇ। ਜੇ ਤੁਸੀਂ ਅੱਜ ਆਪਣਾ ਸਾਥ, ਆਪਣੀ ਸਪੋਰਟ, ਆਪਣਾ ਸਹਿਯੋਗ ਦੇ ਕੇ ਇਹਨਾਂ ਫਿਲਮਾਂ ਨੂੰ ਇੰਨਾ ਸਫਲ ਕਰ ਦਿਓ ਤਾਂ ਕਿ ਹੋਰ ਵੀ ਜਿਹੜੇ ਸਾਡੇ ਸਿੱਖ ਨੇ ਉੱਠਣ ਅਤੇ ਹਰ ਇੱਕ ਸੱਚਾਈ ਨੂੰ ਤੁਹਾਡੇ ਅੱਗੇ ਲੈ ਕੇ ਆਉਣ। ਸੋ ਅੱਜ ਦੇ ਇਸ ਸ਼ੋਅ ਦੀ ਇੱਥੇ ਸਮਾਪਤੀ ਹੈ। ਸੋ 30 ਮਈ ਨੂੰ ਆਪਣੀਆਂ ਟਿਕਟਾਂ ਜਿਹੜੀਆਂ ਤੁਸੀਂ ਬੁੱਕ ਕਰਵਾਉਣੀਆਂ ਸ਼ੁਰੂ ਕਰ ਦਿਉ। ਜਲਦ ਹੀ ਜਿਹੜੀ ਆ ਸਿੱਖ ਚੈਨਲ ਦੇ ਉੱਤੇ ਪ੍ਰੋਮੋ ਲਾ ਕੇ ਦੱਸਿਆ ਜਾਵੇਗਾ ਵੀ ਕਿਹੜੇ ਕਿਹੜੇ ਥੀਏਟਰ 'ਚ ਫਿਲਮ ਲੱਗਣੀ ਹੈ। ਸੋ 30 ਮਈ ਦਾ ਦਿਨ ਸਾਡੇ ਵਾਸਤੇ ਹੁਣ ਇੰਤਜ਼ਾਰ ਵਾਲਾ ਦਿਨ ਹੈ। 47-84 ਹੁਣ ਮੈਂ ਕਿਸ ਨੂੰ ਵਤਨ ਕਹੂੰਗਾ। ਸੋ ਇੱਥੇ ਸ਼ੋਅ ਦੀ ਸਮਾਪਤੀ ਕਰਦੇ ਹਾਂ ਜੀ। ਦੇਖਦੇ ਰਹਿਣਾ ਸਿੱਖ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।